ਵਤਨ ਦੇ ਵਰਗੀ ਮੋਜ ਨੀ ਲੱਭਣੀ, ਵਿੱਚ ਪਰਦੇਸਾਂ ਜਾ ਕੇ ਦੇਸ ਬੇਗਾਨਾ ਲੋਕ ਪਰਾਏ ਹੈ ਕੇ ਉੱਥੇ ਨੀ ਮਾਂ ਲੱਭਣੀ ਹੈ, ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ ਹੈ, ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ। ਮਤਲਬ ਹੈ ਕੋਈ ਦੁੱਖ ਤੇ ਦਰਦ ਵੰਡਾਉਂਦਾ ਨਹੀਂ, ਆਖਾ ਲੈ ਪੁੱਤਰਾ ਰੋਟੀ ਵੇ ਕੋਈ ਹਾਕਾ ਮਾਰ ਬੁਲਾਉਂਦਾ ਨਹੀਂ, ਉੱਥੇ ਆਪਣੇ ਕੰਮ ਨਾਲ ਮਤਲਬ ਹੈ ਕੋਈ ਦੁੱਖ ਤੇ ਦਰਦ ਵੰਡਾਉਂਦਾ ਨਹੀਂ, ਆਖਾ ਲੈ ਪੁੱਤਰਾ ਰੋਟੀ ਵੇ ਕੋਈ ਹਾਕਾ ਮਾਰ ਬੁਲਾਉਂਦਾ ਨਹੀਂ। ਪਹਿਲਾਂ ਟੁੱਟ ਕੇ ਮਰਨਾ ਪੈਣਾ, ਪਹਿਲਾਂ ਟੁੱਟ ਕੇ ਮਰਨਾ ਪੈਣਾ ਤੇ ਰੋਟੀ ਤਾਂ ਲੱਭਣੀ ਹੈ। ਨਾ ਜਾਇਓ, ਨਾ ਜਾਇਓ ਪਰਦੇਸ ਉੱਥੇ ਨਹੀਂ। ਪਰਦੇਸ ਉੱਥੇ ਨੀ ਮਾਂ ਲੱਭਣੀ ਹੈ, ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ ਹੈ, ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ। ਸਰਜੋਤ ਕੀ ਹਾਲ ਚਾਲ ਵੀਰ? ਠੀਕ ਹੈ ਜੀ, ਠੀਕ ਠਾਕ ਹੋ? ਹਾਂਜੀ, ਵਧੀਆ ਰਹੀ ਆਪਣੇ ਵੱਲੋਂ ਪਰਫਾਰਮੈਂਸ? ਹਾਂਜੀ, ਕੋਸ਼ਿਸ਼ ਕੀਤੀ। ਤੇ ਸਚਿਨ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦੀ ਗਾਇਕੀ ਨੂੰ ਲੈ ਕੇ? ਇਹ ਗਾਣਾ
ਮੇਰੇ ਸਾਹਮਣੇ ਬਣਿਆ, ਮਤਲਬ ਮੈਂ ਹੀ ਰਿਕਾਰਡ ਵੀ ਮੈਂ ਕੀਤਾ, ਮਿਕਸ ਮਾਸਟਰ ਸਾਰਾ ਕੁਛ ਮੈਂ ਹੀ ਕੀਤਾ ਹੋਇਆ ਇਸ ਗਾਣੇ ਨੂੰ, ਕਿਉਂਕਿ ਡੈਡੀ ਦਾ ਗਾਣਾ ਜੀ। ਤੇ ਇੱਕ ਗੱਲ ਮੈਂ ਦੁਰਗਾ ਰੰਗੀਲਾ ਭਾਅ ਜੀ ਬਾਰੇ ਜ਼ਰੂਰ ਦੱਸਣੀ ਚਾਹੂੰਗਾ ਮੈਂ, ਜਿਨ੍ਹਾਂ ਨੇ ਡੈਡ ਦੇ ਨਾਲ ਵੀ ਕੰਮ ਕੀਤਾ, ਸਾਰੇ ਲੈਜੈਂਡਸ ਨੇ ਅੱਜ ਦੀ ਡੇਟ 'ਚ। ਜੇ ਇਹਨਾਂ ਸਾਰਿਆਂ 'ਚੋਂ ਮੈਂ ਦੇਖਾਂ ਤਾਂ ਜੋ ਮੈਨੂੰ ਸਭ ਤੋਂ ਹਾਰਡ ਵਰਕਿੰਗ ਇਨਸਾਨ ਸਿੰਗਰ ਐਜ਼ ਅ ਸਿੰਗਰ ਜੋ ਮੈਨੂੰ ਲੱਗੇ ਉਹ ਹੈ ਦੁਰਗਾ ਰੰਗੀਲਾ ਭਾਅ ਜੀ। ਅਤੇ ਇਜ਼ ਅ ਵੈਰੀ ਹਾਰਡ ਵਰਕਿੰਗ ਮੈਨ। ਅਤੇ ਇਹ ਗੱਲ ਮੈਂ ਤਾਂ ਦੱਸੀ ਹੈ ਕਿ ਇੱਦਾਂ ਦਾ ਬੰਦੇ ਨੂੰ ਹੋਣਾ ਚਾਹੀਦਾ ਮਿਹਨਤ, ਜਦੋਂ ਆਪਾਂ ਕਰਦੇ ਹਾਂ ਨਾ ਮਿਹਨਤ ਸ਼ਿੱਦਤ ਨਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਨਹੀਂ ਕਰਨੀ ਚਾਹੀਦੀ। ਬਾਕੀ ਗਾਣਾ ਬਹੁਤ ਅੱਛਾ ਸੀ, ਵੈਰੀ ਨਾਈਸ ਰਬਦਾ ਜੀ, ਬਹੁਤ ਖੂਬਸੂਰਤ ਫੀਲ ਦੇ ਨਾਲ ਗਾਇਆ। ਅਤੇ ਇੱਥੇ ਮੈਂ ਖਾਸ ਕਰਕੇ ਲਾਲ ਅਠੌਲੀ ਵਾਲੇ ਜਿਹਨਾਂ ਦਾ ਗੀਤ ਲਿਖਿਆ ਉਹਨਾਂ ਦੇ ਨਾਂ 'ਤੇ ਤਾੜੀਆਂ ਮੈਂ ਉਹ। ਸੋ ਲਾਲ ਨੇ ਬਹੁਤ ਖੂਬਸੂਰਤ ਲਿਖਿਆ ਅਤੇ ਰਮਤਾ ਜੀ ਨੇ ਗਾਇਆ ਵੀ ਬਹੁਤ ਫੀਲ ਦੇ ਨਾਲ। ਬਹੁਤ ਵਧੀਆ ਗਾਇਆ ਰਮਤਾ, ਬਹੁਤ ਸੋਹਣਾ ਗਾਇਆ। ਔਰ ਦੁਰਗਾ ਭਾਅ ਜੀ ਦਾ ਆਪਣੇ ਵੋਕਲ ਹੈ, ਉਹਨਾਂ ਦਾ ਆਪਣਾ ਇੱਕ ਸਟਾਈਲ ਹੈ, ਭਰਮੀ ਵੋਕਲ ਹੈ ਉਹਨਾਂ ਦੀ, ਬਟ ਇਸ ਗੀਤ ਨੂੰ ਤੂੰ ਆਪਣੇ ਸਟਾਈਲ 'ਚ ਗਾਇਆ। ਇਹ ਸਾਰੇ ਇੱਕ ਤੋਂ ਇੱਕ ਆ ਰਹੇ ਨੇ, ਚੱਕਰ ਚੱਲ ਕੀ ਰਿਹਾ? ਸਾਰੇ ਘੰਟੇ ਸਾਰੇ ਜਿਤਾ ਦੋ ਇਕੱਠੇ ਭਾਅ ਜੀ, ਸਾਰਿਆਂ ਨੂੰ ਇਕੱਠੇ ਇੱਕ ਸ਼ੀਟ ਦੇ ਕੇ ਤੋੜ ਦਿੰਦੇ। ਮੈਂ ਕਹਿੰਦਾ ਸੱਤ ਹੋਰ ਬੁਲਾ ਲੈਣੇ 14 ਦੇ 14 ਮਿੰਟ। ਬਹੁਤ ਅੱਛੇ ਬੇਟਾ, ਬਹੁਤ ਸੋਹਣਾ ਗਾਇਆ ਰਮਤੇ, ਬਹੁਤ ਅੱਛਾ ਗਾਇਆ, ਖੁਸ਼ ਰਹੋ। ਥੈਂਕ ਯੂ। ਤੁਸੀਂ ਤਾਂ ਵਧੀਆ ਗਾਇਆ ਹੀ ਆ। ਆਈ ਜਸਟ ਵਾਂਟ ਟੂ ਸੇ ਵਨ ਥਿੰਗ ਕਿ ਉਹ ਬਹੁਤ ਲੱਕੀ ਹੁੰਦੇ ਆ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਉਹਨਾਂ ਦੀ ਬਹੁਤ ਲੌਂਗ ਟਾਈਮ ਤੱਕ ਲਾਈਫ ਦੇਖਦੇ ਆ। ਉੱਥੇ ਆਪਣੇ ਕੰਮ ਨਾਲ ਮਤਲਬ ਹੈ ਕੋਈ, ਦੁੱਖ ਤੇ ਦਰਦ ਵੰਡੋਂਦਾ ਨਹੀਂ, ਆਖਾ ਲੈ ਪੁੱਤਰਾ। ਪਿਤਾ ਜੀ, ਅਸੀਂ ਤੁਹਾਡੀ ਫੀਲ ਨੂੰ ਸਮਝ ਸਕਦੇ ਹਾਂ, ਕਿਉਂਕਿ ਹਰੇਕ ਐਪੀਸੋਡ ਵਿੱਚ ਜਦੋਂ ਵੀ ਕੁਝ ਮਾਪਿਆਂ ਦੇ ਰਿਲੇਟਡ ਜਾਂ ਕੁਝ ਵੀ ਫੈਮਿਲੀ ਰਿਲੇਟਡ ਕੋਈ ਵੀ ਗੀਤ ਗਾਇਆ ਜਾਂਦਾ, ਤੁਸੀਂ ਹਮੇਸ਼ਾ ਇਮੋਸ਼ਨਲ ਹੋ ਜਾਂਦੇ ਹੋ। ਇਮੋਸ਼ਨਲ ਕਰਤਾ ਮੈਨੂੰ ਸਵਿਤਾਜ ਨੇ, ਮੈਨੂੰ ਵੀ। ਸੋ ਰਾਜ ਬਰਾੜ ਜੀ ਜੋ ਮੇਰੇ ਵੱਡੇ ਵੀਰ, ਰਿਸਪੈਕਟਡ, ਕੀ ਬੋਲਾਂ ਉਹਨਾਂ ਬਾਰੇ ਵੀ। ਮੈਂ ਬਹੁਤ ਨਾਈਸ ਪਰਸਨ ਸੀਗੇ, ਮੈਂ ਕੰਮ ਕੀਤਾ ਉਹਨਾਂ ਦੇ ਨਾਲ। ਕਹਿੰਦੇ ਹੁਣ ਜਦੋਂ ਮੇਰੇ ਨਾਲ ਤੁਸੀਂ ਐਲਬਮ ਕਰਨੀ ਆ ਨਾ, ਅਤੇ ਆਪਣੀਆਂ ਤੁਸੀਂ ਹੈ ਨਾ ਹਰਕਤਾਂ ਮੁਰਕੀਆਂ ਘਰੇ ਰੱਖ ਕੇ ਆਉਣੀਆਂ। ਸੋ ਲਫਜ਼ ਨਹੀਂ, ਅਲਫਾਜ਼ ਨਹੀਂ, ਮੈਂ ਉਹਨਾਂ ਬਾਰੇ ਕੀ ਤਾਰੀਫ 'ਚ ਬੋਲਾਂ। ਉਹਨਾਂ ਦੇ ਚਰਨਾਂ 'ਚ ਕੋਟ ਕੋਟ ਪ੍ਰਣਾਮ ਆ। ਇਸ ਬੱਚੀ ਨੂੰ ਇੰਨੀ ਕੁ ਤਰੱਕੀ ਬਖਸ਼ਣ ਕਿ ਉਹਨਾਂ ਦਾ ਬਹੁਤ ਸਾਰਾ ਨਾਮ ਕਰੇ ਰੋਸ਼ਨ। ਸੋ ਰਮਤਿਆ, ਤੂੰ ਤਾਂ ਮੇਰੇ ਜਲੰਧਰ ਦਾ ਹੀ ਆ, ਬਹੁਤ ਵਧੀਆ ਗਾਇਆ, ਬਸ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹੋ, ਬਹੁਤ ਅੱਗੇ ਜਾਓਗੇ ਤੁਸੀਂ। ਥੈਂਕ ਯੂ, ਥੈਂਕ ਯੂ ਸੋ ਮਚ। ਥੈਂਕ ਯੂ ਜਜਸ, ਐਂਡ ਗੁੱਡ ਲੱਕ ਟੂ ਰਮਤਾ। ਇੱਕ ਵਾਰ ਤਾੜੀਆਂ ਰਮਤੇ ਲਈ ਜੀ।